ਸਰ ਅਸੀਂ ਨਾ ਮਤਲਬ ਵੀ ਮੈਂ ਸਵੇਰੇ ਚੱਲ ਜਾਂਦਾ ਕੰਮ 'ਤੇ, ਕੀ ਕੰਮ ਕਰਦੇ ਹੋ ਤੁਸੀਂ? ਮੈਂ ਦਿਹਾੜੀ ਲਾਉਂਦਾ ਜੀ। ਠੀਕ ਹੈ। ਤਾਂ ਉਹ ਪਤਾ ਨਹੀਂ ਵੀ ਮੇਰੇ ਤੋਂ ਕੋਈ ਬਾਅਦ ਕੋਈ ਕੱਪੜੇ ਵੇਚਣ ਵਾਲੇ ਆਉਂਦੇ ਆ, ਉਹਨਾਂ ਨਾਲ ਕਿਤੇ ਵੀ ਕਿੱਥੇ ਕੱਪੜੇ ਵੀ ਲਏ ਆ, ਬੈਠੇ ਵੀ ਹੈਗੇ ਆ ਉਹ, ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ, ਉਹ ਤੋਂ ਬਾਅਦ ਉਹ ਮਿਲਦੀ ਨਹੀਂ ਪਈ ਸਾਨੂੰ। ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਹਾਂਜੀ ਵੇਚਣ ਵਾਲੇ ਤੁਹਾਡੀ ਵਾਈਫ ਨੂੰ ਕਿਤੇ ਕਿਡਨੈਪ ਕਰਕੇ? ਹਾਂਜੀ ਹਾਂਜੀ। ਤੇ ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਮੇਰੇ ਮੰਮੀ ਹੈ, ਇੱਕ ਮੈਂ ਰਹਿੰਦਾ, ਇੱਕ ਬ੍ਰਦਰ ਰਹਿੰਦਾ ਛੋਟਾ। ਬਸ ਤੇ ਉਸ ਵਕਤ ਘਰ ਵਿੱਚ ਕੋਈ ਮੌਜੂਦ ਸੀਗਾ? ਕੋਈ ਨਹੀਂ ਮੌਜੂਦ ਨਹੀਂ। ਤੁਹਾਡੇ ਬੇਟੀ ਬੱਚੇ ਕਿੰਨੇ ਆ? ਬੱਚੇ ਮੇਰੀ ਦੋ ਗੁੜੀ ਆ ਜੀ, ਕਿੰਨੇ ਕਿੰਨੇ ਸਾਲ ਦੇ? ਇੱਕ ਹੈਗੀ 7 ਸਾਲ ਦੀ ਜੀ, ਇੱਕ ਹੈਗੀ 2.5 ਸਾਲ ਦੀ। ਤੇ ਤੁਹਾਡੀ ਵਾਈਫ ਦਾ ਨਾਮ ਕੀ ਸੀ? ਸੋਨੀਆ। ਤੇ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋਏ? 10 ਸਾਲ ਹੋ ਗਏ ਜੀ। ਤੇ ਹੁਣ ਇਸ ਵਿਸ਼ੇ ਤੁਸੀਂ ਕਦੇ ਕਿਸੇ ਨੂੰ ਸ਼ਿਕਾਇਤ ਕੀਤੀ ਪੁਲਿਸ? ਸ਼ਿਕਾਇਤ ਕੀਤੀ ਜੀ ਸਰ। ਕੋਈ ਕਾਰਵਾਈ ਹੋਈ? ਕਾਰਵਾਈ ਕੋਈ ਨਹੀਂ ਹੋਈ, ਅੱਜ 9ਵਾਂ ਦਿਨ ਹੈ ਜੀ। ਤੇ ਕੀ ਤੁਹਾਨੂੰ ਲੱਗਦਾ ਖਤਰਾ ਕਿ ਤੁਹਾਡੀ ਵਾਈਫ? ਖਤਰਾ ਹੈਗਾ ਜੀ ਉਹਨੂੰ, ਮੈਨੂੰ ਨਹੀਂ ਲੱਗਦਾ, ਜਾਂ ਤਾਂ ਮਾਰ ਦਿੱਤੀ ਹੈ ਤਾਂ ਜਾਂ ਮੈਨੂੰ ਕਲੀਅਰ ਕੀਤਾ ਜਾਵੇ। ਪੁਲਿਸ ਤੋਂ ਕੀ ਮੰਗ ਕਰਦੇ ਹੋ? ਮੰਗ ਇਹੀ ਕੀਤਾ ਜਾਵੇ ਮੈਨੂੰ ਉਹ ਲਿਆਂਦੀ ਜਾਵੇ, ਮੇਰੇ ਬੱਚੇ ਛੋਟੇ ਛੋਟੇ ਰਹਿੰਦੇ ਨਹੀਂ ਪਏ। ਨਾਮ ਤੁਹਾਡਾ? ਚੰਚਲਾ। ਮਾਤਾ ਜੀ, ਤੁਹਾਡੀ ਨੂੰਹ ਕਿੰਨੇ ਦਿਨ ਤੋਂ ਲਾਪਤਾ? 9 ਦਿਨ ਹੋ ਗਏ ਜੀ। ਅਜੇ ਤੱਕ ਕੁਛ ਨਹੀਂ ਪਤਾ ਲੱਗਾ? ਹਾਂਜੀ, ਕੁਛ ਨਹੀਂ ਪਤਾ ਲੱਗਾ। ਤੇ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਨੂੰਹ ਉਸ ਵਕਤ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋਏ? ਹਾਂਜੀ, ਮੈਂ ਕਿਸੇ ਦੇ ਘਰ ਬੈਠੀ ਸੀ। ਉਸ ਵਕਤ ਘਰ ਵਿੱਚ ਕੋਈ ਵੀ ਨਹੀਂ? ਹਾਂਜੀ, ਕੋਈ ਨਹੀਂ ਸਰ। ਤੇ ਕੀ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ? ਕੀ ਸ਼ੱਕ? ਤਾਂ ਸਾਨੂੰ ਕੱਪੜੇ ਵੇਚਣ ਵਾਲੇ ਆਉਂਦੇ ਬਸ ਇਹੀ ਹੈ। ਲੱਗਦਾ ਤੁਹਾਡੀ ਨੂੰਹ ਨੂੰ ਉਹ ਲੈ ਕੇ ਗਏ ਆ? ਇਹ ਨਹੀਂ ਨਾ ਪਤਾ ਲੱਗਦਾ ਵੀ ਉਹ ਲੈ ਕੇ ਗਏ ਨੇ। ਕੀ ਮੰਗ ਕਰਦੇ ਹੋ ਤੁਸੀਂ ਪੁਲਿਸ? ਅਸੀਂ ਸਾਡੇ ਨੂੰਹ ਲੱਭਣਾ ਚਾਹੀਦੀ ਹੈ। ਛੋਟੇ ਛੋਟੇ ਬੱਚੇ ਨੂੰ ਮੈਂ ਸਾਂਭ ਹੀ ਨਹੀਂ ਸਕਦੀ, ਇਹਨਾਂ ਨੂੰ ਮੇਰਾ ਸਿਆਣਾ ਸਰੀਰ ਹੈ, ਬਿਮਾਰ ਨਹੀਂ, ਬੀਪੀ ਵੱਧਦਾ ਮੇਰਾ। ਸਾਡੇ ਜਿਹੜੀ ਲੇਡੀਜ਼ ਗੁੰਮ, ਉਹਦਾ ਨਾਂ ਹੈਗਾ ਸੋਨੀਆ, ਵਾਈਫ ਆਫ ਜੀਵਨ ਕੁਮਾਰ। ਜੀਵਨ ਕੁਮਾਰ ਨੇ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੀ ਜਿਹੜੀ ਵਾਈਫ ਹੈ ਜਿਹੜੀ ਘਰੋਂ ਚਲੀ ਗਈ ਹੈ, ਉਹਦੀ ਜਿਹੜੀ ਉਮਰ ਹੈਗੀ 23 ਸਾਲ ਉਹਦੀ ਉਮਰ ਹੈਗੀ, 2 ਦੇ ਬੱਚੇ ਹੈਗੇ ਆ। ਉਸ ਸੰਬੰਧੀ ਅਸੀਂ ਜਿਹੜੀ ਇਹਦੀ ਰੱਪੜ ਜਿਹੜੀ ਸੀ ਆਪਣੀ ਜਿਹੜੀ ਵੰਸ਼ ਦੀ ਰੱਪੜ ਦੀ ਲਿਖੀ ਹੋਈ ਹੈ, ਜਿਹੜਾ ਉਹਦਾ ਫੋਨ ਨੰਬਰ ਸੀ, ਜਿਹੜੇ ਜਿਹੜੇ ਬੰਦਿਆਂ ਦੇ ਸ਼ੱਕ ਕੀਤੇ ਉਹ ਸਾਰਿਆਂ ਨੂੰ ਅਸੀਂ ਬੁਲਾ ਕੇ ਕੋਸ਼ਿਸ਼ ਕੀਤੀ ਅਤੇ ਬਾਕੀ ਹੁਣ ਅਗਾਂਹ ਵੀ ਕੋਸ਼ਿਸ਼ ਜਾਰੀ ਹੈ। ਇਹਨੂੰ ਛੇਤੀ ਤੋਂ ਛੇਤੀ ਜਿਹੜਾ ਕੁਛ ਲੱਭਣ ਦੀ ਕੋਸ਼ਿਸ਼, ਹਰ ਟੈਕਨੀਕਲ ਤਰੀਕੇ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਲੱਭ ਕੇ ਵਾਪਸ ਦੇ ਹਵਾਲੇ ਕੀਤੀ ਜਾਊਗੀ। ਇਸ ਬਾਰੇ ਸਾਡੇ ਕੋਲ ਐਸੀ ਕੋਈ ਸੂਚਨਾ ਨਹੀਂ ਹੈਗੀ ਕਿ ਇੱਦਾਂ ਦਾ ਕਤਲ ਹੋਇਆ ਹੋਵੇ। ਅਤੇ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਦੇਖ ਰਹੇ ਹਾਂ ਕਿ ਜਿਹੜੀ ਇਹਦੇ ਵਿੱਚ ਜਿਹਨਾਂ ਦੀ ਗੱਲਬਾਤ ਹੋਈ ਸੀ ਉਹ ਬੰਦੇ ਨੇ ਕਿਹਾ ਸੀ ਕਿ ਜਿਹੜੇ ਰਾਜਸਥਾਨ ਜਾਣਾ ਹੈ, ਉਹਦੇ ਵਿੱਚ ਬੰਦੇ ਨੂੰ ਅਸੀਂ ਬੁਲਾਇਆ, ਕੋਸ਼ਿਸ਼ ਕੀਤੀ ਹੈ, ਹੁਣ ਵੀ ਉਹਨੂੰ ਥਾਣੇ ਬੁਲਾਇਆ ਹੋਇਆ, ਉਹਦੀ ਕੋਸ਼ਿਸ਼ ਬਰਾਬਰ ਕਰ ਰਹੇ ਹਾਂ। ਜਦੋਂ ਵੀ ਕੋਈ ਸੁਰਾਗ ਲੱਗਦਾ ਹੈ ਉਹਨੂੰ ਛੇਤੀ ਇਹਨਾਂ ਦੇ ਉਹਨੂੰ ਲਿਆ ਕੇ ਉੱਥੇ ਕਿਤੇ ਵੀ ਹੋਇਆ ਲਿਆ ਕੇ ਮਾਰਸਾ ਦੇ ਹਵਾਲੇ ਕੀਤੀ ਜਾਵੇ।